ਸੋ ਇਹ ਬਹੁਤ ਵੱਡੀ ਖਬਰ ਹੈ ਬਈ ਕਿ ਨਵਸਤੇ ਐਕਸ ਸਰਵਿਸ ਮੈਨ ਵਾਸਤੇ ਪੰਜਾਬ ਸਰਕਾਰ ਨੇ ਉਹਨਾਂ ਦੇ ਦਿੱਤਾ ਹੈ ਇੱਕ ਵੱਡਾ ਤੋਹਫਾ ਹਾਂਜੀ ਗਾਇਸ ਸੋ ਇਹ ਪੂਰੀ ਖਬਰ ਬਾਰੇ ਗੱਲ ਕਰਾਂਗੀ ਬਈ ਹੋਇਆ ਕਿ ਚੰਡੀਗੜ੍ਹ ਦੇ ਵਿੱਚ ਇੱਕ ਬੈਠਕ ਹੁੰਦੀ ਹੈ ਉਹਦੇ ਵਿੱਚ ਇੱਕ ਪਟਿਆਲਾ ਦੇ ਵਿੱਚ ਇੱਥੇ ਕੱਲ ਹੀ ਪਟਿਆਲਾ ਦੇ ਵਿੱਚ ਸਾਈਨ ਕੀਤਾ ਗਿਆ ਸੀ ਹਿਸਟੋਰੀਕਲ ਮੋਮੈਂਡਮ ਕੱਲ ਹੀ ਖਬਰ ਆਈ ਇਹ ਹੁਣ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਕਿ ਹੋਇਆ ਕਿ ਵੀ ਹਿਸਟੋਰੀਕਲ ਮੋਮੈਂਡਮ ਸਾਈਨ ਹੋਇਆ ਅੰਡਰਸਟੈਂਡ ਕਰ ਕੀ ਚੀਜ਼ ਕਿਸ ਚੀਜ਼ ਬਾਰੇ ਸੀ ਇਹ ਇਵੈਂਟ ਜਿਹੜਾ ਸੀ ਐਮਓਯੂ ਦੇ ਅਸਟੇਫੀਕੇ 27th ਮਾਰਚ 2023 ਦੇ ਵਿੱਚ ਟੂ ਗਿਵ ਗ੍ਰੈਜੂਏਸ਼ਨ ਡਿਗਰੀ ਟੂ ਐਕਸ ਸਰਵਿਸਮੈਨ ਉਹਦੇ ਵਿੱਚ ਕੀ ਹੋਇਆ ਕਿ ਆ ਫਾਰਮਲ ਸੈਰਮਨੀ ਵਾਸ ਹੈਲਡ ਐਟ ਪੰਜਾਬ ਭਵਨ ਇਨ ਵਿੱਚ ਚੇਤਨ ਸਿੰਘ ਜਾਦੂ ਮਾਜਰਾ ਕੈਬਨਟ ਮਿਨਿਸਟਰ ਡਿਫੈਂਸ ਸਰਵਿਸ ਦੇ ਉਹਨਾਂ ਚਾਂਸਲਰ ਆਫ ਪੰਜਾਬ ਯੂਨੀਵਰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾਕਟਰ ਅਰਵਿੰਦ ਜੀ ਐਮ ਸੀ ਦੇ ਨਾਲ ਦੇ ਨਾਲ ਡਿਫੈਂਸ ਸਰਵਿਸ ਵੈਲਫੇਅਰ ਡਿਪਾਰਟਮੈਂਟ ਬਿਗ ਭੁਪਿੰਦਰ ਸਾਰੇ ਜਿਹਨੇ ਉੱਥੇ ਉਹਦੇ ਵਿੱਚ ਜਿਹੜੀ ਆ ਕਮੇਟੀ ਸੀ ਉਹਦੇ ਵਿੱਚ ਬੈਠੇ ਹੋਏ ਉਹਨੇ ਕੀ ਕੀਤਾ ਵੀ ਇੱਕ ਲੇਟਸ ਅਪਡੇਟ ਕਰਦੀ ਹੈ ਇਥੇ ਲੇਟਸ ਅਪਡੇਟ ਦਿੱਤੀ ਹੈ ਉਹ ਕੀ ਹੈ ਉਹ ਮੈਂ ਦੱਸਾਂਗੀ ਹੁਣ ਇਥੇ ਕਿਹਾ ਗਿਆ ਹੈ ਕਿ ਜਿਹੜਨੇ ਵੀ ਐਕਸ ਸਰਵਿਸਮੈਨ ਨੇ ਆਫ ਪੰਜਾਬ will be awarded degree of graduation certificate in bachelor of arts ਠੀਕ ਹੈ ডিফেন্স ਐਂਡ ਸਟ੍ਰੈਟੈਜਿਕ ਸਟੱਡੀਜ਼ ਫਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਐਂਡ will be eligible ਠੀਕ ਹੈ ਐਲੀਜੀਬਲ ਕਿਸ ਚੀਜ਼ ਚ ਹੋਣਗੇ ਭਈ ਆ ਦੇਖੋ ਅੰਦਰ ਲੇ ਖਬਰ ਜੜੀ ਹੈ ਬਹੁਤ ਵੱਡੀ ਹੋ ਜਾਏਗੀ ਇਥੇ ਤੁਸੀਂ ਦੇਖ ਵੀ ਸਕਦੇ ਹੋ ਇਥੇ ਇਨਾਂ ਨੇ ਕਿਹਾ ਵੀ ਹੈ ਕਿ will be eligible ਜਦੋਂ ਕਰਾਂ ਕੁਝ ਇਹ ਕਿਹਾ ਗਿਆ ਹੈ ਕਿ ਡਿਗਰੀ ਆਫ ਅ ਗ੍ਰੈਜੂਏਸ਼ਨ ਸਰਟੀਫਿਕੇਟ ਇਨ ਬੈਚਲਰ ਆਫ ਆਰਟਸ ਐਂਡ ਫ্রম ਪੰਜਾਬ ਯੂਨੀਵਰਸਿਟੀ ਪਟਿਆਲਾ ਐਂਡ ਵਿਲ ਬੀ ਐਲੀਜੀਬਲ ਟੂ ਅਪਲਾਈ ਫਾਰ ਗਰੁੱਪ A ਐਂਡ B ਪੋਸਟ ਇਥੇ ਬਹੁਤ ਵੱਡੀ ਗੱਲ ਇਹ ਨੇ ਕਰ ਦਿੱਤੀ ਹੈ ਕਿ ਗਰੁੱਪ A ਤੇ B ਦੀਆਂ ਜਿਹੜੀਆਂ ਪੋਸਟਾਂ ਨੇ ਉਹਦੇ ਲਈ ਐਲੀਜੀਬਲ ਹੋ ਜਾਣਗੇ ਸਾਫ ਸਾਫ ਦੇਖੋ ਜੀ ਜਾਂ ਇਹ ਹੁਣ ਫਿਲ ਕਰ ਸਕਦੇ ਨੇ अर्ਲियर ਵਿ ਸਪੈਸ਼ਲ ਐਜੂਕੇਸ਼ਨ ਸਰਟੀਫਿਕੇਟ ਅਵਾਰਡਡ ਬਾਈ ਦੀ ਆਰਮੀ ਨੇਵੀ ਐਂਡ 에ਅਰ ਫੋਰਸ ਐਟ ਦੀ ਟਾਈਮ ਆਫ ਰਿਟਾਇਰਮੈਂਟ ਦੇ ਵਰ ਓਨਲੀ ਲਿਜੀਬਲ ਇਹ ਜਿਹੜੇ ਐਕਸ ਸਰਵਿਸਮੈਨ ਸੀ ਪਹਿਲਾਂ ਬਸ ਕਿਸ ਚੀਜ਼ ਵਾਸਤੇ ਲਿਜੀਬਲ ਸੀ ਮੈਮ ਇਹ ਲਿਜੀਬਲ ਸੀ ਓਨਲੀ ਫੋਰ ਸੀ ਐਂਡ ਡੀ ਹੈਨਾ ਗ੍ਰੇਡ ਜਾਂ ਪੋਸਟ ਵਾਸਤੇ ਹੁਣ ਇਹ ਏ ਤੇ ਬੀ ਦੀ ਗ੍ਰੇਡ ਪੋਸਟ ਵਾਸਤੇ ਵੀ ਇਹ ਲਿਜੀਬਲ ਹੋ ਗਏ ਨੇ ਤੇ ਪੋਸਟਾਂ ਨੂੰ ਫਿਲ ਕਰ ਸਕਦੇ ਨੇ ਗਵਰਨਮੈਂਟ ਪੋਸਟ ਤੇ ਬਈ ਇੱਕ ਵੱਡੀ ਨਿਊਜ਼ ਹੈ ਕਹਿ ਸਕਦੇ ਆ ਕਿ ਵਧੀਆ ਹੀ ਹੈ ਵਧੀਆ ਗੱਲ ਹੈ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜਰੂਰ ਸਾਨੂੰ ਇੱਚੇ ਕਮੈਂਟ ਕਰਕੇ ਦੱਸਿਓ ਸੈਸ਼ਨ ਨੂੰ ਕਰ ਦਿਓ ਸ਼ੇਅਰ ਤਾਂ ਕਿ ਸਾਰਿਆਂ ਤੱਕ ਇਹ ਨਿਊਜ਼ ਪਹੁੰਚ ਸਕੇ ਥੈਂਕ ਯੂ ਸੋ ਮਚ